ਭਾਈ ਬਾਅਦ ਗੱਲ ਕਰਾਂਗੇ। ਅਕਸਰ ਆਪਣੇ ਟਿਕਟੋਕ ਦੇ ਉੱਪਰ ਔਰ ਕਈ ਫੇਸਬੁੱਕ ਪੇਜਾਂ ਦੇ ਉੱਪਰ ਦੋਸਤਾਂ ਨੇ ਦੇਖਿਆ ਵਾ ਕਿ ਬਹੁਤ ਸਾਰੀ ਮੈਂ ਜਗ੍ਹਾ 'ਤੇ ਦੇਖਿਆ ਵਾ ਕਿ ਦੋਸਤ ਕਹਿ ਰਹੇ ਆ ਕਿ ਕੋਈ ਐਸਾ 2463 ਜਿਹੜਾ ਹੈ ਉਹ ਮਿਲਣ ਦੇ ਨਹੀਂ ਹਲੇ ਤੀ ਬਣਾਇਆ ਨਾ ਕੋਈ ਕੱਢਿਆ ਵਾ। ਠੀਕ ਹੋ ਗਿਆ ਜੀ, ਇਹ ਦੇਖ ਸਕਦੇ ਹਾਂ ਜੀ 2463 ਇਸ ਟਾਈਮ ਸ਼ੋਰੂਮ ਦੇ ਉੱਪਰ ਖੜਾ ਵਾ ਜੀ। ਇਹਨੂੰ ਕਾਫੀ ਦੋਸਤਾਂ ਨੇ ਚਲਾ ਕੇ ਵੀ ਚੈੱਕ ਕੀਤਾ ਵਾ, ਇਹਨੂੰ ਹੁਣ ਵੀ ਅਸੀਂ ਚਲਾ ਕੇ ਇਹਦੀ ਬ੍ਰੇਕ ਨੂੰ ਚੈੱਕ ਕਰਵਾਵਾਂਗੇ ਦੋਸਤਾਂ ਨੂੰ। ਛੋਟੀ ਜਿਹੀ ਗੱਲ ਐਡ ਕਰ ਦਿੰਦੇ ਲਈ ਜੀ, ਇਹ 2400 ਹੁਣ ਨਾ ਜੇ 2400 ਟਰੈਕਟਰ ਆਪਣੇ ਫਾਰਮ 'ਤੇ ਖਲੋਤਾ ਮਿਲਤ ਵਾਲਿਆਂ ਦਾ, ਇਹ ਟੈਸਟਿੰਗ ਵਾਸਤੇ ਆਪਣੇ ਕੋਲ ਆਇਆ ਸੀ ਉੱਥੇ ਭਾਈ ਬਹਾਦਰਾਂ ਤੋਂ, ਅਤੇ ਉਹਨੂੰ ਸਪੀਕਰ ਨਹੀਂ ਸਿਰਫ ਲੱਗਿਆ ਸੀਗਾ, ਟਰੈਕਟਰ ਉੱਥੇ ਆਇਆ ਹੋਇਆ ਸੀਗਾ। ਇਹਦੇ ਇੰਜਨ ਦੇ ਵਿੱਚ ਪਤਾ ਨਹੀਂ ਹੁਣ ਕੀ ਕੋਈ ਚੇਂਜ ਕੀਤੀ ਜਾਂ ਨਹੀਂ ਕੀਤੀ, ਲੇਕਿਨ ਇਹਦੇ ਡੀਜ਼ਲ ਦੀ ਐਵਰੇਜ ਬਹੁਤ ਅੱਛੀ ਆ, 240 ਔਰ 260 ਨਾਲੋਂ ਡੀਜ਼ਲ ਦੀ ਐਵਰੇਜ ਅੱਛੀ ਆ, ਔਰ ਇਹਦੀ ਖਿਚਾਈ ਜਿਹੜੀ ਹੈ ਉਹ 260 ਨਾਲੋਂ ਵੀ ਜ਼ਿਆਦਾ ਵਾ, 260 ਨਾਲੋਂ ਵੀ ਇਹਦੀ ਖਿਚਾਈ ਵੀ ਜ਼ਿਆਦਾ ਵਾ। ਠੀਕ ਹੈ ਜੀ, ਔਰ ਇਹਦੇ ਡੀਜ਼ਲ ਦੀ ਖਰਚਾ ਵੀ ਬਹੁਤ ਘੱਟ ਵਾ, ਇਹਦਾ ਕਈਆਂ ਟਰੈਕਟਰਾਂ ਦੇ ਨਾਲ 240 ਨਾਲ ਵੀ ਚੈੱਕ ਕੀਤਾ, 60 ਨਾਲ ਵੀ ਚੈੱਕ ਕੀਤਾ, ਅਕਸਰ ਦੋਸਤ ਜਿੱਦਾਂ ਕਹਿੰਦੇ ਆ ਕਿ 260 ਜਿਹੜਾ ਵਾ ਉਹ ਅਗਰ ਲੋਡ 'ਤੇ ਚੱਲ ਰਿਹਾ ਵਾ ਤਾਂ ਵੀ ਉਹਦਾ ਉਨਾ ਹੀ ਖਰਚਾ ਆ ਰਿਹਾ ਵਾ, ਅਗਰ ਖਾਲੀ ਚੱਲਿਆ ਤਾਂ ਵੀ ਉਹਦਾ, ਇਹਦਾ ਡੀਜ਼ਲ ਦਾ ਖਰਚਾ ਬਹੁਤ ਘੱਟ ਵਾ। ਬਾਕੀ ਇਹ ਸਪਿੰਡਲ ਵਗੈਰਾ ਜਿਹੜੇ 260 ਵਾਲੇ ਲਾਤੇ ਆ, ਇਸ ਤੋਂ ਇਲਾਵਾ ਜੀ ਪਿਛਲਾ ਹਿੱਸਾ 60 ਵਾਲਾ ਕਰ ਦਿੱਤਾ ਇਹਨਾਂ ਨੇ। ਠੀਕ ਹੈ ਜੀ, ਬ੍ਰੇਕ ਇਹਦੀ ਉਹ ਅੱਛੀ ਹੋ ਗਈ ਆ, ਕੜਾ ਪੀਣੇ ਟੁੱਟਣ ਤੋਂ ਬਚ ਜਾਏਗਾ। ਬਾਕੀ ਇਸ ਤੋਂ ਇਲਾਵਾ ਬੈਕ ਸਾਈਡ ਦੇ ਉੱਪਰ ਜਿਹੜਾ ਹੈ ਨਾ ਜੀ, ਇਹ ਬੈਕ ਸਾਈਡ ਜਿਹੜੀ ਹੈ ਇਹ ਵੱਡੀ ਕਰ ਦਿੱਤੀ ਹੈ, ਇਹ ਇੱਕ ਕੰਪਨ ਲਾਤੇ ਆ ਅਜ਼ਾਫੀ ਕਿ 40 ਲਾਉਣ ਵਾਸਤੇ ਜੈਕ ਵਾਸਤੇ। ਠੀਕ ਹੈ ਜੀ, ਬਾਕੀ ਇਹਦੇ ਵਿੱਚ ਹੋਰ ਕੁਛ ਨਹੀਂ ਹੈ, ਕੋਈ ਦੋਸਤ ਕਵੇ ਵੀ ਇਹਨੂੰ ਸਮਝ ਆਈ ਤੁਸੀਂ 240 ਨਾਲੋਂ ਇਹਨੂੰ ਬਿਹਤਰ ਕੀਤਾ ਵਾ। ਕਸਮ ਇਹਦੀ ਰਿਮ ਦੀ ਜਿਹੜੀ ਪਲੇਟ ਹੈ ਨਾ ਜੀ ਉਹ 60 ਵਾਲੀ ਲਾ ਦਿੱਤੀ ਆ, ਅੱਗੇ ਆਉਂਦੀ ਗੋਲ ਘੇਰੇ ਵਾਲੀ, ਹੁਣ ਇਹਦਾ ਰਿਮ ਦਾ ਘੇਰਾ ਉਹ ਹੈ, ਇਹਦੀ ਪਲੇਟ 60 ਵਾਲੀ ਲਾ ਦਿੱਤੀ ਆ ਟਾਇਰ ਅੰਦਰ ਬਾਹਰ ਕਰਨ ਵਾਸਤੇ, ਦੂਜਾ ਇਹਦੇ ਅਗਲੇ ਸਪਿੰਡਲ ਜਿਹੜੇ ਨੇ ਉਹ 260 ਵਾਲੇ ਕਰ ਦਿੱਤੇ ਆ ਮੋਟੇ। ਹਾਂ ਇਹ ਖੁਦ ਦੇਖਿਆ ਸੀ ਕਿ ਦੋਸਤ ਕਈ ਕਹਿ ਰਹੇ ਸੀ ਕਿ ਇਹਨੂੰ ਪਾਵਰ ਸਟੇਅਰਿੰਗ ਹੋਣਾ ਚਾਹੀਦਾ ਵਾ, ਬਿਲਕੁਲ ਪਾਵਰ ਸਟੇਅਰਿੰਗ ਲੱਗਣਾ ਚਾਹੀਦਾ, ਇਹਨੂੰ ਪਾਵਰ ਸਟੇਅਰਿੰਗ ਲਾ ਦੇਣ ਤੇ ਹੋਰ ਅੱਛਾ ਹੋ ਜਾਏਗਾ। ਤੇ ਬਾਕੀ ਇਹਦਾ ਦੱਸ ਦਿਆਂਗੇ ਜੀ ਆਪਾਂ ਚੌਹੀ ਅਜ਼ੀਮ ਸਾਹਿਬ, ਤੁਸੀਂ ਵੀ ਤੇ ਯਾਸਰ ਭਾਈ ਤੁਸੀਂ ਇਹਨੂੰ ਚਲਾ ਕੇ ਚੈੱਕ ਕੀਤਾ ਸੀ ਜੀ? ਭਾਈ ਬਾਦ ਨੇ ਕਿਹਾ ਵੀ ਉਹਦੇ ਵਿੱਚ ਕਣੀ ਪਿੱਛੇ ਸੀ ਨਾ ਜੀ, ਉਹ ਝਟਕੇ ਨਾਲ ਕਲਾਚ ਛੱਡੋ ਟਰਾਲੀ ਟਰੂਲੀ ਤਾਂ ਟੁੱਟ ਜਾਂਦਾ ਪਿੱਛੇ ਸੌਦਾ, ਉਹਦੇ ਤੋਂ ਜ਼ਰਾ ਕੰਮ ਜਿਹੜਾ ਨਾ ਇਹ ਮਜ਼ਬੂਤ ਹੋ ਗਿਆ ਪਿੱਛੋਂ, ਉਹ ਬੜਾ ਹੈਵੀ ਸੀ ਜੀ, ਮੈਨੂੰ ਤਾਂ ਬੜਾ ਅੱਛਾ ਲੱਗਾ, ਮੈਂ ਹਾਲ 'ਤੇ ਚਲਾਇਆ ਉਹ ਬੜਾ ਪ੍ਰੈਸ਼ਰ ਸੀ ਟਰੈਕਟਰ ਦਾ। ਹਾਂਜੀ ਕੋਈ ਨੀ ਭਾਈ, ਮੈਂ ਚੈੱਕ ਕੀਤਾ ਉੱਥੇ ਚਲਾਇਆ ਸੀ ਭਾਈ ਕੋਲ ਆਪਣਾ ਫਾਰਮ ਦੇ ਉੱਤੇ, ਜਦੋਂ ਮੈਂ ਉਦੋਂ ਹੀ ਤੁਹਾਨੂੰ ਦੱਸ ਦਿੱਤੀ ਵੀਡੀਓ ਦੇ ਵਿੱਚ ਵੀ ਮੈਂ ਤਾਂ ਚਲਾਇਆ, ਉਹ ਹਲ 'ਤੇ ਮੈਂ ਚੈੱਕ ਕੀਤਾ ਸੀ, ਹਲ ਲਗਾਏ ਨੇ ਉਹਨੂੰ ਤਾਂ ਭਾਈ ਅੱਗੇ ਐਂ ਨਾ ਮੂੰਹ ਚੱਕਦਾ ਸੀ ਅੱਗਿਓਂ, ਇੰਨਾ ਮਤਲਬ ਪ੍ਰੈਸ਼ਰ ਸੀ, ਮੈਨੂੰ ਤਾਂ ਠੀਕ ਲੱਗਾ ਬਾਈ ਉੱਥੇ ਐਵੇਂ ਬੰਦਾ ਆ ਕੇ। ਬਾਕੀ ਇਹ ਹੈ ਵੀ ਹਰ ਬੰਦੇ ਦੀ ਆਪੋ ਆਪ ਚਲਾਈ ਹੈ,
ਹਾਂਜੀ ਅਸੀਂ ਆਪਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ, ਅਸੀਂ ਦੋਸਤਾਂ ਦੇ ਨਹੀਂ, ਅਸੀਂ ਬੰਦੇ ਦਾ ਭਾਈ ਆਪ ਆਪ ਚਲਾ ਸਕਦੇ ਹਾਂ, ਮਜੀਦ ਇਹਨੂੰ ਚੈੱਕ ਕਰ ਸਕਦੇ ਹਾਂ। ਔਰ ਜਿਹੜੀ ਇਹ ਬੈਟਰੀ ਜਿਹੜੀ ਹੈ ਇਹ 240 ਦੀ ਥੋੜੀ ਉੱਪਰ ਹੁੰਦੀ ਹੈ, ਇਹਨੂੰ ਥੋੜਾ ਜਿਹਾ ਨੀਚੇ ਕੀਤਾ ਉਹਨਾਂ ਨੇ। ਹਾਂਜੀ ਰੇਡੀਏਟਰ ਦਾ ਥੋੜਾ ਰਸਤਾ ਜੀ, ਬਾਕੀ ਡੀਜ਼ਲ ਪੰਪ ਜਿਹੜਾ ਲੱਗਾ ਹੈ ਉਹ ਸਾਨੂੰ ਖਾ ਲੈਂਦੇ ਆ। ਔਰ ਇਹ ਡੀਜ਼ਲ ਪੰਪ ਲੱਗਾ ਜੀ, ਇਹਨੂੰ ਡੈਲਫੀ ਦਾ ਹੀ ਜੀ ਲੱਗਾ ਹੋਇਆ, ਤੇ ਬਾਕੀ ਇਹਦੀ ਹੁਣ ਦੋਸਤਾਂ ਨੂੰ ਆਵਾਜ਼ ਵੀ ਚੈੱਕ ਕਰਾਉਂਦੇ ਆ, ਕੋਈ ਸਾਹਿਬ ਮਾਰੋ ਲਾਜ ਵਾਇ ਨੂੰ ਅੱਛਾ ਅੱਛਾ ਚਾਬੀ ਦੇ ਚਾਬੀ ਜੱਟਾ ਦੇ ਦੇ ਸਾਨੂੰ। ਬਾਕੀ ਜੀ ਇਹ ਸ਼ੋਰੂਮ ਹੈ ਇੱਥੇ ਇਹਨਾਂ ਕੋਲ ਖੜੋਤਾ ਹੈ, ਮੁਲਤਾਨ ਦੇ ਬਾਖਤਿਆਰ ਡੀਲਰ ਨੇ ਅਥੋਰਾਈਜ਼ ਇਹਨਾਂ ਕੋਲ ਖੜੋਤਾ ਹੈ, 2400 ਮੁਲਤਾਨ ਐਗਰੋ। ਇੱਥੇ ਆ ਕੇ ਆਪ ਦੇਖ ਸਕਦੇ ਹਾਂ ਇਹਦਾ ਇੰਜਣ ਜਿਹੜਾ ਨਾ ਜੀ ਉਹਦੇ ਵਿੱਚ 240 ਵਾਲਾ, ਇਹਨਾਂ ਨੇ ਪਿੱਛੇ ਹਿੱਸਾ ਚੇਂਜ ਕੀਤਾ। ਹਾਂਜੀ ਬਾਕੀ ਮਜ਼ੀਦ ਇੱਥੋਂ ਦੇ ਲੋਕਾਂ ਨੂੰ ਤਾਂ ਚਲੋ ਖਸੂਸੀ ਹੈ ਕਿ ਇੱਥੋਂ ਲਾਗੇ ਆ ਕੇ ਇਹਨੂੰ ਦੇਖ ਸਕਦੇ ਵੀ ਇਹਦੇ ਵਿੱਚ ਮਜ਼ੀਦ ਕੀ ਤਬਦੀਲੀਆਂ, ਜਿਹੜੀਆਂ 3-4 ਚੀਜ਼ਾਂ ਮੋਟੀਆਂ ਮੋਟੀਆਂ ਚੇਂਜ ਹੋਈਆਂ ਉਹ ਭਾਈ ਨੇ ਦੱਸ ਦਿੱਤੀਆਂ। ਹਾਂਜੀ ਇਹ 360 ਨੂੰ ਇਹ ਪਾਇਦਾਨ ਆਏ ਸੀਗੇ, ਇਹ ਉਹ ਲੱਗੇ ਹੋਏ ਆ, 360 ਨੂੰ ਇੰਨੇ ਹੀ ਆਏ, ਮੈਂ ਚਲਾਇਆ 360 ਨੂੰ ਇਹੀ ਆਏ। ਹਾਂਜੀ ਅਗਲਾ ਵੀ ਉਹੀ ਹੈ ਸੇਮ। ਹਾਂਜੀ 240 ਵਾਲੇ ਟਾਇਰ ਆ ਜੀ ਪਿੱਛੇ ਤੇ ਅੱਗੇ, ਅਗਲੇ ਪਿਛਲੇ ਦੋਨੋਂ ਟਾਇਰ 240 ਵਾਲੇ ਆ। ਬਾਕੀ ਨੇ ਹੋ ਗਿਆ 260 ਖੜੇ ਆ, ਤੁਹਾਨੂੰ ਪਤਾ ਹੀ ਹੈ। ਬਸ ਇੱਥੋਂ ਚੱਕਰ ਲੱਗਦਾ ਪਿਆ ਸੀਗਾ ਜੀ, ਮੈਂ ਕਿਹਾ ਵੀ ਰੋਕ ਕੇ ਕਿਉਂ ਨਾ ਤੁਹਾਨੂੰ ਦੱਸਦੇ ਜਾਈਏ। ਬਾਈ ਬਾਦ ਨੇ ਜਿਹੜੀਆਂ 3-4 ਗੱਲਾਂ ਸੀ ਉਹ ਤੁਹਾਨੂੰ ਦੱਸ ਹੀ ਦਿੱਤੀਆਂ। ਮਜ਼ੀਦ ਇਹ ਆ ਵੀ ਜਿਸਲੇ ਹੁਣ ਜਿਵੇਂ ਮਾਰਕੀਟ 'ਚ ਆਏਗਾ, ਲੋਕ ਜਿਵੇਂ ਜਿਵੇਂ ਚਲਾਉਣਗੇ ਇਹਨੂੰ, ਹਰ ਬੰਦੇ ਦੀ ਚਲਾਈ ਇਲਾਕੇ ਦੀ ਅਤੇ ਬੰਦੇ ਦੀ ਚਲਾਈ ਅਲੱਗ ਅਲੱਗ ਹੁੰਦੀ ਹੈ, ਜਿਵੇਂ ਜਿਵੇਂ ਉਹ ਚਲਾਉਣਗੇ ਉਸ ਤੋਂ ਬਾਅਦ ਪਤਾ ਚੱਲਦਾ ਜਾਏਗਾ ਵੀ ਆਉਣ ਵਾਲਾ ਵਕਤ ਇਹਦਾ ਕੈਸਾ ਰਹਿੰਦਾ। ਹਾਂਜੀ ਬਾਕੀ ਮਜ਼ੀਦ ਇਹ ਆ ਵੀ ਪਾਵਰ ਸਟੀਅਰਿੰਗ ਦੀ ਭਾਈ ਨੇ ਅੱਗੇ ਗੱਲ ਕਰ ਦਿੱਤੀ, ਅਗਰ ਹੁੰਦਾ ਤਾਂ ਜ਼ਿਆਦਾ ਅੱਛਾ ਸੀ। ਮੁਲਤਾਨ ਦਾ ਚੱਕਰ ਲੱਗਾ ਸੀ, ਅਚਾਨਕ ਭਾਈ ਨੂੰ ਰਾਬਤਾ ਹੋ ਗਿਆ ਜੀ ਕਿ ਇਹ ਥੀਏਟਰ ਜਿਹੜਾ ਦੇਖਣ ਆਏ ਸੀਗੇ, ਅਤੇ ਫਿਰ ਦੁਬਾਰਾ ਮੈਂ ਦੱਸਦਾ ਕਿ ਉਹਨਾਂ ਨੇ 2400 ਜਿਹੜਾ ਹੈ ਮੈਂ ਕਈ ਫੇਸਬੁੱਕਾਂ 'ਤੇ ਦੇਖਿਆ ਸੀ, ਕੋਈ ਐਸਾ ਨਹੀਂ ਹੈ ਲਾਂਚ ਕੀਤਾ ਹੈ। ਕੀ ਹੈ ਅੱਛਾ ਵੀ ਮੇਨ ਵਿਖਾ, ਅੱਛਾ ਵੀ ਵਿਖਾ ਦਿਓ ਜੀ ਬਾਅਦ ਮੈਨੂੰ ਕੱਟਣਾ ਪਿਆ ਮੇਰਾ ਫੜ ਲੈ।
ਪਿਛਲੇ ਫਰਕ ਹੈ ਇਹਦਾ, ਇੰਜਨ ਉਂਜਨ ਤਾਂ ਉਹੀ ਲੱਗਦਾ, ਇਹਦਾ ਪੰਪ ਬਹੁਤ ਚੰਗਾ ਟਰੈਕਟਰ ਦਾ, ਤੁਸੀਂ 240 ਵੀ ਵੇਖੇ ਆ। ਹਾਂਜੀ, ਪੰਪ ਚੰਗਾ ਲੱਗਿਆ ਟਰੈਕਟਰ।